Brahmaji. ਸਵਾਸ ਤਾਂ ਆ ਰਹੇ ਨੇ ਕਿਉਂਕਿ ਤੂੰ ਸਾਡੇ ਸਵਾਸਾਂ ਦਾ ਆਧਾਰ ਹੈ, ਮੂਲ ਕਾਰਨ ਹੀ ਤੂੰ ਹੈ। ਤੂੰ ਹੈ ਤਾਂ ਅਸੀਂ ਜਿਉਂਦੇ ਹਾਂ, ਤੂੰ ਹੈ ਤਾਂ ਸਾਡੀ ਸਾਹ ਚੱਲਦੀ ਹੈ। ਇਸ ਕਰਕੇ ਸਾਨੂੰ
ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਵਾਹਿਗੁਰੂ ਜੀ ਅੱਜ ਆਪਾਂ 50 ਸਾਲ ਦੇ ਹੋ ਗਏ, 60 ਸਾਲ ਦੇ ਹੋ ਗਏ, 70 ਸਾਲ ਦੇ ਹੋ ਗਏ, ਆਰਜ਼ਾ ਘੱਟਦੀ ਜਾ ਰਹੀ ਹੈ। ਆਓ ਤੇ ਘਟੇ ਦਿਨਸ ਰਹਿਣਾ ਨੇ, ਰਾਤ ਦਿਨ ਜ਼ਿੰਦਗੀ ਘੱਟਦੀ ਜਾ ਰਹੀ ਹੈ। ਜਨਨੀ ਜਾਣੇ ਸੁਦ ਬੜਾ ਹੋਤ ਹੈ। ਮਾਂ ਸੋਚਦੀ ਮੇਰਾ ਬੱਚਾ 15 ਸਾਲ ਦਾ ਹੋ ਗਿਆ, ਜਵਾਨ ਹੋ ਗਿਆ। ਮਾਂ ਕਾਊਂਟ ਕਰਦੀ ਹੈ ਸਾਲ, ਜੋੜ ਜੋੜ ਕੇ ਜੋੜ ਜੋੜ ਕੇ, ਹੁਣ 15 ਸਾਲ ਦਾ, 16 ਸਾਲ ਦਾ। ਭਗਤ ਕਬੀਰ ਜੀ, ਧੰਨ ਭਗਤ ਕਬੀਰ ਸਾਹਿਬ ਜੀ, ਪਤਾ ਕੀ ਸਮਝਾਉਂਦੇ? ਜਨਨੀ ਜਾਣਤ ਸੁੱਤ ਬੜਾ ਹੋ ਤਾਂ ਮੇਰਾ ਬੱਚਾ, ਮੇਰੀ ਬੱਚੀ, ਮੇਰੀ ਧੀ ਵੱਡੀ ਹੋ ਰਹੀ ਹੈ। ਪਰ ਅੱਗੇ ਬੜੇ ਪਿਆਰੇ ਬੱਚੇ ਨੇ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਔਦ ਘਟਦੇ ਹੈ। ਜੇ 50 ਸਾਲ ਉਮਰ ਸੀ ਨਾ ਤਾਂ 15 ਮਾਈਨਸ ਕਰ ਲਓ, ਕਿੰਨੀ ਬਚ ਗਈ? 35, 15 ਗਏ। ਆਪਾਂ ਖੁਸ਼ ਹੁੰਦੇ ਹਾਂ, ਸ਼ੁਕਰਾਨਾ ਕਰੀਏ, ਖੁਸ਼ ਨਾ ਹੋਈ ਸ਼ੁਕਰਾਨਾ, ਸਤਿਗੁਰੂ ਜੀ ਤੁਹਾਡਾ ਸ਼ੁਕਰ ਹੈ। ਇਹੀ ਢੰਗ ਹੈ ਸ਼ੁਕਰਾਨਾ ਕਰਨ ਦਾ। ਕਲਪਾਂ 'ਚ ਜਾ ਕੇ ਕੇਕ ਕੱਟ ਕੇ, ਸ਼ਰਾਬਾਂ ਪੀ ਕੇ, ਪੁੱਠੇ ਸਿੱਧੇ ਕੰਮ ਕਰਕੇ, ਆਪਣੀ ਜਿੰਦੀ ਜਿਹੜੀ ਜ਼ਿੰਦਗੀ ਬਚੀ ਹੈ ਨਾ, ਉਹਦੇ ਉੱਪਰ ਵੀ ਕਲੰਕ, ਅਤੇ ਜਿਹੜੀ ਬਿਤਾਲੀ ਉਹਦੇ ਉੱਪਰ ਵੀ ਕਲੰਕ। ਸਾਰੀ ਬੇਕਾਰ, ਸਾਰੀ ਬੇਕਾਰ, ਕਿਸੇ ਲੇਖੇ 'ਚ ਨਹੀਂ ਹੈ। ਜਾਂ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸਿਆਣੇ ਹੋ ਗਏ ਹਾਂ, ਜਾਂ ਫਿਰ ਆਪਾਂ ਬਿਲਕੁਲ ਸਿਰੇ ਦੇ ਮੂਰਖ ਹਾਂ। ਇੱਕ ਹੀ ਕੰਮ ਹੈ, ਜਾਂ ਤਾਂ ਬਿਲਕੁਲ ਮੂਰਖ, ਸਾਨੂੰ ਕੁਛ ਨਹੀਂ ਧੇਲੇ ਦੀ ਅਕਲ ਨਹੀਂ, ਜਾਂ ਫਿਰ ਅਸੀਂ ਗੁਰੂ ਜੀ ਨਾਲੋਂ ਬਹੁਤ ਸਿਆਣੇ ਹੋ ਗਏ। ਦੋਨਾਂ ਵਿੱਚੋਂ ਇੱਕ ਹੀ ਚੀਜ਼ ਹੈ। ਗੁਰੂ ਜੀ ਨਾਲੋਂ ਅਸੀਂ ਕਦੇ ਸਿਆਣੇ ਬਣ ਨਹੀਂ ਸਕਦੇ, ਮੂਰਖਤਾ ਆਪਾਂ ਆਲਰੇਡੀ ਹੈਗੇ ਹਾਂ। ਮੂਰਖਾਂ ਵਾਲੇ ਕੰਮ ਕਰਾਂਗੇ ਤਾਂ ਮੂਰਖ ਹੀ ਗੁਆਵਾਂਗੇ। ਸਤਿਗੁਰੂ ਜੀ ਦੀ ਬਾਣੀ ਸਾਨੂੰ ਬਾਰ 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 ਸਮਝਾਉਂਦੀ ਹੈ, ਭਾਈ ਮੇਰੀ ਗੱਲ ਸੁਣ, ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਗਾਓ ਸੱਚੀ ਬਾਣੀ, ਆਇਓ ਸੁਣਨ ਪੜ੍ਹਨ ਕੋ ਬਾਣੀ। ਸਾਡਾ ਕੰਮ ਇੱਕ ਹੀ ਹੈ, ਬਾਣੀ ਸੁਣਨਾ ਅਤੇ ਪੜ੍ਹਨਾ। ਪਰ ਹੋਇਆ ਕਿ ਖਾਣਾ, ਪੀਣਾ, ਹੱਸਣਾ, ਸੌਣਾ, ਸਾਰਾ ਕੁਝ ਚੇਤੇ ਹੈ, ਸਾਰਾ ਕੁਝ ਯਾਦ ਹੈ। ਟਾਈਮ ਟੇਬਲ ਸੈੱਟ ਕੀਤੇ ਹੁੰਦੇ ਨੇ, 1 ਵਜੇ ਫਲਾਣੀ ਜਗ੍ਹਾ, 1 ਵਜੇ ਫਲਾਣੀ ਜਗ੍ਹਾ, ਫਿਊਚਰ ਕਈ ਕਈ ਸਾਲ ਦੇ ਪਲੈਨਿੰਗ ਕੀਤੇ ਹੋਏ ਨੇ। ਪਰ ਵਿਸਰ ਗਿਆ ਹੈ ਮਰਨਾ, ਮੋਹ ਚੇਤੇ ਹੀ ਨਹੀਂ ਹੈ। ਕਿਆ ਭਰਵਾ ਸਾ ਕਿਸ ਭਾਂਡੇ ਕਾ, ਇੱਕ ਲੱਗ ਲਾਗੇ ਠਣਕਾ, ਇੱਕ ਸੈਕਿੰਡ ਦਾ, ਇੱਕ ਪਲ ਦਾ ਭਰੋਸਾ ਨਹੀਂ। ਅਤੇ ਆਪਾਂ ਪਲੈਨਿੰਗ ਕਰਦੇ ਕਈ ਕਈ ਸਾਲਾਂ ਦੀ, 20-20 ਸਾਲਾਂ ਦੀ, 25-25 ਸਾਲਾਂ ਦੀ, ਆਉਣ ਵਾਲੇ ਫਿਊਚਰ ਦੀ ਪਲੈਨਿੰਗ, ਪ੍ਰੋਜੈਕਟ ਦਾ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਪਲ ਦਾ ਨਹੀਂ ਭਰੋਸਾ ਹੈ। ਕਿਉਂ ਨਾਮ ਜਪਣਾ, ਕਿਉਂ ਸਿਮਰਨ ਕਰਨਾ, ਕਿਉਂ ਬੰਦੀ ਕਰਨੀ? ਕਿਉਂਕਿ ਜਿਹੜੇ ਸਵਾਸ ਸਾਡੇ ਅੰਦਰ ਚੱਲਦੇ ਆ ਨਾ, ਵਾਹਿਗੁਰੂ ਵਾਹਿਗੁਰੂ, ਇਹਨਾਂ ਇੱਕ ਇੱਕ ਸਵਾਸ 'ਤੇ ਜਪਿਆ ਜਾਵੇ, ਉਹ ਵੀ ਘੱਟ ਹੈ, ਉਹ ਵੀ ਘੱਟ ਹੈ। ਲੱਖਾਂ, ਕਰੋੜਾਂ, ਮਿਲੀਅਨ, ਬਿਲੀਅਨ ਜਨਮ ਲੈ ਕੇ ਵੀ ਜੇ ਅਕਾਲ ਪੁਰਖ ਦਾ ਸ਼ੁਕਰਾਨਾ ਕਰੀਏ, ਇਸ ਦੇਹੀ ਦੇ ਮਿਲਣ ਵਾਸਤੇ ਸਤਿਗੁਰੂ ਜੀ ਤੁਹਾਡੀ ਬੜੀ ਬਖਸ਼ਿਸ਼ ਹੋਈ ਹੈ, ਸਾਨੂੰ ਇਹ ਦੇਹੀ ਪ੍ਰਾਪਤ ਹੋਈ ਹੈ। ਕਿਉਂ? ਇਸ ਦੇਹੀ ਕੋ ਸਿਮਰੈ ਦੇਵ, ਵੱਡੇ ਵੱਡੇ ਦੇਵ 'ਤੇ ਤਰਸਦੇ, ਬੋਡੀ ਲੈਣ ਵਾਸਤੇ ਨਾ ਤਰਸਦੇ ਨੇ, ਅਰਦਾਸਾਂ ਕਰਦੇ, ਕੁਰਲਾਉਂਦੇ, ਪਰਮਾਤਮਾ ਜੀ ਸਾਨੂੰ ਇੱਕ ਮੌਕਾ ਦੇ ਦਿਓ, ਮਾਤ ਲੋਕ ਵਿੱਚ ਭੇਜ ਦਿਓ, ਅਸੀਂ ਤੁਹਾਡੀ ਬੰਦਗੀ ਕਰ ਲਾਂਗੇ, ਤੁਹਾਡਾ ਨਾਮ ਜਪ ਲਾਂਗੇ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਜਿਹੜਾ ਸਰੀਰ ਹੈ ਨਾ, ਇਹ ਅਸੀਂ ਬਹੁਤ ਲਾਈਟ ਵੇ ਦੇ ਵਿੱਚ ਲਿਆ ਹੋਇਆ, ਬੋਡੀ ਮਿਲੀ ਹੈ, ਕੋਈ ਨਾ ਪੈਦਾ ਹੋਏ ਤਾਂ ਮਰ ਵੀ ਜਾਵਾਂਗੇ, ਇੰਨਾ ਕੀ ਸੋਚਿਆ ਆਪਾਂ? ਇਸ ਤੋਂ ਬਾਅਦ ਸੋਚਦੇ ਹਾਂ, ਪਰ ਅਸੀਂ ਪੈਦਾ ਕਿਉਂ ਹੋਏ ਹਾਂ ਅਤੇ ਮਰਨਾ ਕਿਉਂ ਹੈ, ਇਹ ਵੀ ਤਾਂ ਸਵਾਲ ਹੈ। ਅਸੀਂ ਜਨਮ ਕਿਉਂ ਲਿਆ, ਅਸੀਂ ਮਰਾਂਗੇ ਕਿਉਂ? ਇਸ ਮਨ ਕੋਈ ਖੋਜੋ ਭਾਈ, ਕੋਈ ਖੋਜ ਤਾਂ ਕਰੋ, ਕੋਈ ਸਾਇੰਟਿਸਟ ਆਵੇ ਤਾਂ ਸਹੀ, ਕੋਈ ਵਿਗਿਆਨਿਕ ਤਾਂ ਆਵੇ, ਕੋਈ ਖੋਜੀ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਸਾਇੰਟਿਸਟ ਹੈ ਉਹ ਆਵੇ, ਉਹ ਦੱਸੇ ਤਨ ਛੁੱਟੇ ਮਨ ਕਹਾਂ ਸਮਾਏ। ਬੋਡੀ ਜਿੱਥੇ, ਬੋਡੀ ਅਤੇ ਸਰੀਰ ਦੇ ਵਿੱਚੋਂ ਜਦੋਂ ਸਾਡੀ ਆਤਮਾ, ਸਾਡੀ ਸੌਲ ਤਨ ਵੱਖਰਾ ਹੋ ਜਾਏਗਾ, ਇਹ ਕਿੱਥੇ ਜਾਏਗਾ? ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ, ਜਿਹੜੇ ਪੰਜ ਤੱਤ ਨੇ ਇਹ ਤਾਂ ਬੋਡੀ ਜਿਹੜੀ ਹੈ ਸਾਡੀ ਉਹਦੇ ਵਿੱਚ ਮਿਕਸ ਹੋ ਜਾਣੀ, ਮਿਲ ਜਾਣੀ ਹੈ, ਪੰਜਾਂ ਤੱਤਾਂ ਵਿੱਚ ਵਿਲੀਨ ਹੋ ਗਏ। ਪਰ ਜਿਹੜੀ ਅੰਦਰ ਜੋਤ ਹੈ ਇਹ ਕਿੱਥੇ ਜਾਣੀ ਹੈ? ਕੋਈ ਹੈ ਦੁਨੀਆਂ ਦਾ ਸਾਇੰਟਿਸਟ ਜਿਹੜਾ ਦੱਸ ਸਕੇ? ਦੁਨੀਆਂ ਦਾ ਤਾਂ ਨਹੀਂ ਦੱਸ ਸਕਦਾ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਹਰ ਗੱਲ ਦੱਸਦੇ ਨੇ, ਇਹ ਹੋਣਾ ਤੇਰੇ ਨਾਲ, ਇੱਦਾਂ ਇੱਦਾਂ ਹੋਏਗਾ। ਹਰ ਚੀਜ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਖੁੱਲ੍ਹ ਕੇ ਦੱਸੀ ਹੈ, ਪਰ ਸਾਡੇ ਬੰਦੇ ਭਾਗ ਮੰਦ ਭਾਗੀ ਤੇਰੂ ਦਰਸ਼ਨ ਨਾ, ਉਹਨਾਂ ਵਡਮੋਲੀਆਂ ਦਾਤਾਂ ਦੇ ਅਸੀਂ ਦਰਸ਼ਨ ਨਹੀਂ ਕਰ ਸਕਦੇ, ਕਰਦੇ ਹੀ, ਸੋਚਦੇ ਹੀ, ਸਮਝਦੇ ਜੀ। ਪਰ ਗੁਰੂ ਜੀ ਵਾਰ ਵਾਰ ਸਾਨੂੰ ਪੁਕਾਰ ਪੁਕਾਰ ਕੇ, ਪੁਕਾਰ ਪੁਕਾਰ ਕੇ ਸਮਝਾਉਂਦੇ ਨੇ, ਪੁਕਾਰ ਪੁਕਾਰ ਕੇ। ਕਿਉਂ ਪਤਾ ਕਿਉਂ ਸਮਝਾਉਂਦੇ? ਕਿਉਂਕਿ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨਾ, ਗੁਰੂ ਜੀ ਸਾਨੂੰ ਪਿਆਰ ਕਰਦੇ। ਜਿਵੇਂ ਆਪਾਂ ਡੋਲ, ਆਪਾਂ ਘਬਰਾ ਜਾਂਦੇ ਮੇਰਾ ਬੱਚਾ ਨਾ ਕਿਤੇ ਗਲਤ ਸੰਗਤ ਨਾ ਪੈ ਜਾਵੇ। ਜਿਹੜੇ ਚੰਗੇ ਮਾਂ ਪਿਓ ਹੋਣਗੇ ਨਾ, ਹਮੇਸ਼ਾ ਫਿਕਰ ਕਰਦੇ ਮੇਰੀ ਔਲਾਦ ਕਿਤੇ ਗਲਤ ਪਾਸੇ ਨਾ ਚਲੀ ਜਾਏ, ਗਲਤ ਸੰਗਤ 'ਚ ਨਾ ਪੈ ਜਾਵੇ, ਕੁਰਾਹੇ ਨਾ ਪੈ ਜਾਵੇ। ਅਤੇ ਇੱਕ ਪਾਸੇ ਆਪਾਂ ਅਰਦਾਸ ਕਰਦੇ ਹਾਂ, ਤੂੰ ਠਾਕੁਰ ਤੂੰ ਪੈ ਅਰਦਾਸ, ਜਿਉ ਪਿੰਡ ਸਭ ਤੇਰੀ। ਅਤੇ ਅੱਗੇ ਕੀ ਕਹਿੰਦੇ ਆਪਾਂ? ਤੁਮ ਮਾਤ ਪਿਤਾ
ਆਵਾਂ ਕਿਹਨੂੰ ਕਹਿ ਰਹੇ ਹਾਂ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਇੱਕ ਪਾਸੇ ਤੋਂ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁੱਖ ਘਨੇਰੇ ਘਨੇਰੇ ਸੁੱਖ ਲਈ ਵੀ ਬਹੁਤ ਸੁੱਖ ਲੈ ਰਹੇ ਹਾਂ, ਤੇਰੀ ਕਿਰਪਾ 'ਚ ਲੈ ਰਹੇ ਹਾਂ, ਤੂੰ ਸਾਡਾ ਮਾਂ ਅਤੇ ਸਾਡਾ ਪਿਓ ਹੈ। ਪਰ ਕਹਿਣ ਨੂੰ ਹੀ ਹੈ, ਬਸ ਮਰਨਾ ਸੀ, ਕੁਛ ਨਹੀਂ, ਤੁਹਾਡੀ ਗੱਲ ਨਹੀਂ ਮੰਨਣੀ। ਝੂਠ ਤਾਂ ਨਾ ਬੋਲੀਏ ਗੁਰੂ ਮਹਾਰਾਜ ਦੇ ਸਾਹਮਣੇ, ਇਹ ਸਭ ਤੋਂ ਵੱਡਾ ਝੂਠ ਹੈ ਜਿਹੜਾ ਅਸੀਂ ਬੋਲਦੇ ਹਾਂ। ਤੂੰ ਸਾਡਾ ਮਾਂ ਹੈ, ਸਾਡਾ ਪਿਓ ਹੈ, ਪਰ ਇਹ ਵੀ ਧਿਆਨ ਰੱਖੀਏ ਕਿ ਮਾਂ ਪਿਓ ਨੇ ਸਾਨੂੰ ਚੰਗੀ ਸਿੱਖਿਆ ਵੀ ਦੇਣੀ ਹੈ, ਚੰਗੀ ਸਿੱਖਿਆ 'ਤੇ ਵੀ ਅਮਲ ਕਰੀਏ। ਗੁਰੂ ਜੀ ਸਾਨੂੰ ਕੀ ਸਮਝਾ ਰਹੇ ਨੇ? ਸਾਡੇ ਮਾਤਾ ਜੀ, ਸਾਡੇ ਪਿਤਾ ਜੀ, ਤੂੰ ਮੇਰਾ ਬੰਦਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਸਭ ਕੁਛ ਹੈ, ਅਤੇ ਮੈਨੂੰ ਸਹੀ ਗਾਈਡੈਂਸ ਤੂੰ ਦਿੰਦਾ ਲਾਈਫ ਦੇ ਵਿੱਚ, ਆਹ ਤੇਰੇ ਵਾਸਤੇ ਰੋਂਗ ਹੈ, ਆਹ ਰਾਈਟ ਹੈ, ਅਤੇ ਉਹ ਕਿਉਂ ਨਹੀਂ ਫਿਰ ਅਸੀਂ ਮੰਨਦੇ? ਫਿਰ ਉੱਥੇ ਪਤਾ ਕੀ ਹੁੰਦਾ? ਉੱਥੇ ਸਾਡੀ ਮਨਮਤ ਕੰਮ ਕਰਦੀ ਹੈ, ਮਨਮਤ, ਸਾਡੇ ਆਪਣੇ ਮਨ ਦੀ ਮਤ, ਜੋ ਮੈਂ ਸੋਚਣਾ ਮੈਂ ਉਹ ਕਰਨਾ, ਫਿਰ ਗੁਰਮਤ ਨਹੀਂ ਰਹਿੰਦੀ ਉੱਥੇ, ਗੁਰਮਤ ਨੂੰ ਅਸੀਂ ਪਾਸੇ ਕਰ ਦਿੰਦੇ ਹਾਂ। ਮਨ ਦੀ ਮਤ ਦੇ ਮਗਰ ਲੱਗ ਕੇ ਅਸੀਂ ਫਿਰ ਦੁੱਖ ਭੋਗਦੇ ਹਾਂ ਸਤਸੰਗ ਵਿੱਚ। ਸੋ ਅੱਜ ਪਰਿਵਾਰ ਨੇ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ 25 ਅਨੁਸ਼ਕਾ ਕੌਰ ਦੇ ਜਨਮ ਦਿਨ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਬਹੁਤ ਸੋਹਣਾ ਉਪਰਾਲਾ ਕੀਤਾ ਹੈ, ਔਰ ਇਹੀ ਢੰਗ ਹੋਣਾ ਵੀ ਚਾਹੀਦਾ ਸਤਸੰਗ ਵਿੱਚ, ਕਿਉਂਕਿ ਜਦੋਂ ਆਪਾਂ ਸੰਗਤ ਨੂੰ ਘਰ ਸੱਦਦੇ ਹਾਂ ਨਾ, ਇਹ ਗੁਰੂ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੁੰਦੀ ਹੈ, ਰਹਿਮਤ ਹੁੰਦੀ ਹੈ। ਦਾਸ ਨੇ ਪਹਿਲਾਂ ਵੀ ਕਈ ਵਾਰੀ ਇਹ ਸਾਖੀ ਸੁਣਾਈ ਹੈ, ਅਤੇ ਅੱਜ ਫਿਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਨਾਲ ਗੁਰੂ ਕਾਲ ਦੇ ਵਿੱਚ, ਕਾਲ ਕਹਿੰਦੇ ਨੇ ਸਮੇਂ ਨੂੰ, ਟਾਈਮ ਨੂੰ, ਸਤਿਗੁਰਾਂ ਦੇ ਸਮੇਂ ਵਿੱਚ ਨਾ ਸਿੱਖਾਂ ਨੂੰ ਚਾਅ ਹੁੰਦਾ ਸੀ। ਚਾਅ ਮਤਲਬ ਇੱਕ ਅੰਦਰ ਨਾ ਪਿਆਰ ਕਿੱਦਾਂ ਪੈਦਾ ਹੋਵੇ। ਗੁਰੂ ਜੀ ਨੂੰ ਜਾ ਕੇ ਪੁੱਛਦੇ ਸੀ, ਮਹਾਰਾਜ ਤੁਸੀਂ ਕਿੱਦਾਂ ਖੁਸ਼ ਹੋਵੋਗੇ, ਤੁਹਾਡੀ ਖੁਸ਼ੀ ਰਹਿਣੀ ਹੈ ਅਸੀਂ, ਹੋਰ ਵੱਧ ਖੁਸ਼ੀ ਕਿਵੇਂ ਮਿਲੇਗੀ, ਸਾਨੂੰ ਤਰੀਕਾ ਦੱਸੋ, ਸਾਨੂੰ ਰਾਹ ਦੱਸੋ, ਤੁਹਾਡੀ ਖੁਸ਼ੀ ਕਿਸ ਤਰ੍ਹਾਂ ਪ੍ਰਾਪਤ ਹੋਵੇ। ਜਿਨ੍ਹਾਂ ਨੇ ਇੱਕ ਵਾਰੀ ਇਮੇਜਿਨ ਕਰੋ, ਸੋਚ ਕੇ ਦੇਖੋ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ ਜੀ ਦੇ ਸੋਹਣੇ ਚਿਹਰੇ ਦੇ, ਫੁੱਲਾਂ ਵਰਗੇ ਸੋਹਣੇ ਫੇਸ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ, ਉਹਨਾਂ ਨੂੰ ਕਿਸੇ ਹੋਰ ਚੀਜ਼ ਦੀ ਲੋੜ ਹੋ ਸਕਦੀ ਹੈ? ਕੋਈ ਅਰਦਾਸ ਦੀ ਲੋੜ ਨਹੀਂ, ਉਹ ਤਾਂ ਨਿਹਾਲ ਹੋਵੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਉਹਨਾਂ ਨੇ ਫੇਸ ਟੂ ਫੇਸ ਦਰਸ਼ਨ ਕੀਤੇ ਗੁਰੂ ਜੀ ਦੇ, ਕਿੰਨੇ ਕਰਮਾਂ ਵਾਲੇ, ਕਿੰਨੇ ਲੱਖਾਂ ਅਰਬਾਂ ਖਰਬਾਂ ਸਾਲ ਉਹਨਾਂ ਨੇ ਭਗਤੀ ਕੀਤੀ ਹੋਣੀ ਧੰਨ ਗੁਰੂ ਨਾਨਕ ਤੇਰੇ ਦਰਸ਼ਨਾਂ ਨੂੰ ਵਾਸਤੇ। ਕੋਈ ਸੌਖੀ ਖੇਡ ਨਹੀਂ ਗੁਰੂ ਨਾਨਕ ਦੇ ਦਰਸ਼ਨ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰੇ ਜਾ ਰਹੇ, ਉਹ ਤਾਂ ਜਨਮ ਮਰਨ ਤੋਂ ਮੁਕਤ ਹੋ ਗਏ ਜਿਹਨਾਂ ਨੇ ਦਰਸ਼ਨ ਕੀਤੇ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ, ਗੁਰੂ ਕਾਲ ਦੇ ਵਿੱਚ, ਦਸਾਂ ਗੁਰੂਆਂ ਦੇ ਸਮੇਂ ਜਿੰਨੇ ਵੀ ਸਿੱਖ ਹੋਏ ਨਾ, ਉਹ ਸਾਰੇ ਗੁਰੂ ਜੀ ਨੂੰ ਪੁੱਛਦੇ ਹੁੰਦੇ ਸੀ, ਮਹਾਰਾਜ ਸਾਨੂੰ ਦੱਸੋ ਤੁਹਾਡੀ ਖੁਸ਼ੀ ਸਾਨੂੰ ਕਿੱਦਾਂ ਮਿਲੇ, ਤੁਹਾਨੂੰ ਹੋਰ ਕਿਵੇਂ ਖੁਸ਼ ਕਰੀਏ। ਇਹ ਚਾਹ ਹੁੰਦਾ ਚਾਹ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਿਤਾ ਜੀ ਗੁਰਗੱਦੀ 'ਤੇ ਬਿਰਾਜਮਾਨ, ਆਪਣੇ ਸਿੰਘਾਸਨ 'ਤੇ ਸੁਭਾਈਮਾਨ, ਅਤੇ ਸਿੱਖਾਂ ਨੇ ਆ ਕੇ ਨਾ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੂੰ, ਤੁਸੀਂ ਸਾਡੇ 'ਤੇ ਨਾ ਬਹੁਤ ਕਿਰਪਾ ਕਰ ਰਹੇ ਹੋ, ਅਸੀਂ ਤੁਹਾਡੇ ਬੱਚੇ ਹਾਂ, ਤੁਸੀਂ ਸਾਡੇ ਮਾਂ ਬਾਪ ਸਭ ਕੁਝ ਹੋ, ਤੁਹਾਡੀ ਬਹੁਤ ਖੁਸ਼ੀ ਸਾਨੂੰ ਮਿਲਦੀ ਹੈ, ਬਹੁਤ ਪ੍ਰਸੰਨਤਾ, ਮਨ ਆਨੰਦ ਵਿੱਚ ਰਹਿੰਦਾ ਹਰ ਵੇਲੇ। ਦੇਖੋ ਲਾਲਚੀ ਬੰਦੇ ਨਾ, ਲਾਲਚ ਜੇ ਪੈਦਾ ਕਰਨਾ, ਇਹ ਲਾਲਚ ਪੈਦਾ ਕਰੀਏ। ਜਿਵੇਂ ਇੱਕ ਧਨੀ ਬੰਦਾ ਆਪਣੇ ਧਨ ਨੂੰ ਇਕੱਠਾ ਕਰਨ ਵਾਸਤੇ, ਹੋਰ ਵਧਾਉਣ ਵਾਸਤੇ ਲਾਲਚ ਪੈਦਾ ਕਰਦਾ ਹੈ ਨਾ, ਇਸੇ ਤਰ੍ਹਾਂ ਨਿਤਨੇਮੀ ਵੀ ਆਪਣਾ ਲਾਲਚ ਪੈਦਾ ਕਰਦੇ। ਜਿਹੜੇ ਗੁਰੂ ਮਹਾਰਾਜ ਦੀ ਬੰਦਗੀ ਕਰਦੇ ਨਾ, ਉਹ ਵੀ ਲਾਲਚ ਪੈਦਾ ਕਰਦੇ, ਪਰ ਉਹ ਨਿਰਮਲ ਲਾਲਚ ਹੈ, ਉਹ ਦੁਨਿਆਵੀ ਨਹੀਂ, ਗੁਰੂ ਦੇ ਪਿਆਰ ਦਾ। ਅਤੇ ਉਹਨਾਂ ਨੇ ਗੁਰੂ ਜੀ ਨੂੰ ਪੁੱਛਣਾ, ਸੱਚੇ ਪਾਤਸ਼ਾਹ ਜੀ ਸਾਨੂੰ ਦੱਸੋ ਤੁਹਾਡਾ ਪਿਆਰ ਸਾਨੂੰ ਕਿੱਦਾਂ ਮਿਲਿਆ। ਸਾਡੇ ਧੰਨ ਪਾਕ ਬਹੁਤ ਹੀ ਗੁਰਮੁਖ ਰੋਗ, ਗੁਰਮੁਖ ਪਿਆਰੇ ਸਤਿਕਾਰਿਆ ਉਸਤਾਦ ਗੁਰਮੁਖ ਸਿੰਘ ਜੀ, ਆਪ ਸਾਰੀਆਂ ਸੰਗਤਾਂ ਦੇ ਦਰਸ਼ਨਾਂ ਵਾਸਤੇ ਅਤੇ ਸੰਗਤਾਂ ਦੀ ਸੇਵਾ ਵਾਸਤੇ ਪਹੁੰਚ ਗਏ ਹਨ। ਮਹਾਰਾਜ ਰਹਿਮਤ ਕਰੇ, ਸਾਨੂੰ ਹੁਕਮ ਹੋਇਆ ਸੀ ਜੀ ਤੁਹਾਨੂੰ ਮਿਲ ਜੀ ਆਉਣਗੇ, ਉਦੋਂ ਤੱਕ ਕਿਰਤ ਦੀ ਸੇਵਾ ਕਰਨੀ ਹੈ। ਸੋ ਹੁਣ ਸਤਿਕਾਰੀ ਗੁਰਮੁਖ ਪਿਆਰੇ ਸਾਡੇ ਸਤਿਕਾਰਯੋਗ ਉਸਤਾਦ ਜੀ ਆ ਗਏ ਨੇ, ਉਹਨਾਂ ਨੇ ਹੁਣ ਕੀਰਤਨ ਦੁਆਰਾ ਸੰਗਤਾਂ ਨੂੰ ਯਾਦ ਕਰਨਾ। ਸੋ ਇਹ ਸਾਖੀ ਪੂਰੀ ਕਰਕੇ ਅਤੇ ਸ਼ਬਦ ਕੰਪਲੀਟ ਕਰਕੇ ਫਿਰ ਆਪਾਂ ਸਮਾਪਤ ਕਰਾਂਗੇ। ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਪੁੱਛਦੀਆਂ, ਮਹਾਰਾਜ ਜੀ ਤੁਹਾਡਾ ਪਿਆਰ, ਤੁਹਾਡੀ ਖੁਸ਼ੀ ਕੀਤਾ ਮਿਲੇ। ਅੱਜ ਕੋਈ ਹੈ ਜਿਹੜਾ ਪੁੱਛੇ? ਅੱਜ ਕੋਈ ਪੁੱਛਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਤਿਗੁਰੂ ਜੀ ਅਸੀਂ ਝੋਲੀ ਅੜ ਕੇ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ, ਮਹਾਰਾਜ ਸਾਡੀ ਝੋਲੀ 'ਚ ਨਾ ਕੋਈ ਇਹੋ ਜਿਹਾ ਸ਼ਬਦ ਪਾ ਦਿਓ, ਕੋਈ ਇਹੋ ਜਿਹੇ ਬੋਲ, ਇਹੋ ਜਿਹਾ ਸਲੋਕ, ਕੋਈ ਇਹੋ ਜਿਹੀ ਪੌੜੀ ਪਾ ਦਿਓ ਜਿਹਦੇ ਨਾਲ ਸਾਡੇ ਮਨ ਵਿੱਚ ਤੁਹਾਡਾ ਪਿਆਰ ਪੈਦਾ ਹੋਵੇ, ਬਹੁਤ ਪਿਆਰ ਪੈਦਾ ਹੋਵੇ। ਕੋਈ ਨਹੀਂ ਪੁੱਛਦਾ, ਅੱਜ ਅਸੀਂ ਪਤਾ ਕੀ ਕਰਦੇ ਹਾਂ, ਅਰਦਾਸ ਆਪਣੇ ਸੁੱਖਾਂ ਦੀ, ਅਰਦਾਸ ਆਪਣੇ ਬੱਚਿਆਂ ਦੀ, ਅਰਦਾਸ ਆਪਣੇ ਪਰਿਵਾਰ ਦੀ, ਪਰ ਆਪਣੀ ਆਤਮਾ ਦੀ ਅਰਦਾਸ, ਆਪਣੇ ਮਨ ਦੀ ਅਰਦਾਸ ਅਸੀਂ ਕਦੇ ਵੀ ਨਹੀਂ ਕਰਦੇ। ਸੱਚੇ ਪਾਤਸ਼ਾਹ ਸਾਨੂੰ ਆਤਮਕ ਸ਼ਾਂਤੀ ਬਖਸ਼ੋ।
ਤੇ ਮਰਨ ਤੋਂ ਬਾਅਦ ਪਰਿਵਾਰ ਹੀ ਕਰਦਾ, ਫਿਰ ਅਰਦਾਸ ਆਤਮਕ ਸ਼ਾਂਤੀ ਨਹੀਂ ਫਿਰ ਤਾਂ ਮਿਲਦੀ। ਜਿਉਂਦੇ ਜੀ ਅਰਦਾਸ ਕਰੀਏ ਮਹਾਰਾਜ, ਜਿਹੜੀ ਸਾਡੀ ਸੋਲ ਭਟਕਦੀ ਤਾਂ ਹੁਣ ਜਿਉਂਦੇ ਜੀ ਭਟਕਦੀ ਫਿਰਦੀ ਹੈ, ਕਦੇ ਕਿਧਰੇ ਇਹਦੀ ਅਰਦਾਸ ਕਰੀਏ ਮਹਾਰਾਜ, ਇਹਨੂੰ ਟਿਕਾ ਮਿਲੇ, ਇਹ ਸ਼ਾਂਤ ਹੋ ਕੇ ਬਹਿ ਜੇ ਆਪਣੇ ਘਰ ਦੇ ਵਿੱਚ। ਇਹ ਬੈਠਦੀ ਨਹੀਂ, ਬੜੀ ਤੁਰੀ ਫਿਰਦੀ ਹੈ, ਭੱਜੀ ਫਿਰਦੀ ਹੈ ਅਰਦਾਸ ਕਰਨੀ ਇਹਦੇ ਵਾਸਤੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਮੁਖ ਪਿਆਰਿਆਂ ਨੇ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਸਾਨੂੰ ਦੱਸੋ ਤੁਹਾਡਾ ਪਿਆਰ ਅਸੀਂ ਵੱਧੋ ਵੱਧ ਕਿਵੇਂ ਪ੍ਰਾਪਤ ਕਰੀਏ। ਅਤੇ ਮਹਾਰਾਜ ਪਤਾ ਕਹਿੰਦੇ, ਅਸੀਂ ਬਾਣੀ ਪੜ੍ਹਦੇ ਤੁਹਾਨੂੰ ਸਾਡਾ ਪਿਆਰ ਨਹੀਂ ਮਿਲਦਾ, ਮਹਾਰਾਜ ਮਿਲਦਾ ਹੈ, ਹੋਰ ਕਿਵੇਂ ਮਿਲੇ। ਸੇਵਾ ਕਰਦੇ ਹੋ, ਭਾਂਡੇ ਮਾਰਦੇ ਹੋ, ਜੋੜੇ ਝਾੜਦੇ ਹੋ, ਪਿਆਰ ਨਹੀਂ ਮਿਲਦਾ, ਮਿਲਦਾ ਮਹਾਰਾਜ, ਹੋਰ ਕਿੱਦਾਂ ਮਿਲੇ। ਹੁਣ ਸੋਚੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕੋਈ ਦਿਮਾਗ 'ਚ ਸੋਚ ਕੇ ਦੇਖੋ, ਉਹ ਸੀਨ ਯਾਦ ਕਰਕੇ ਦੇਖੋ, ਸ਼ਾਹੇ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਸਾਹਮਣੇ ਬੈਠੇ ਹੋਏ ਨੇ, ਪਰ ਗੁਰੂ ਦੇ ਪਿਆਰੇ ਸਿੱਖ ਸੋਹਣੇ ਸੋਹਣੇ ਮੁਕੜੇ ਲੈ ਕੇ ਦਸਮੇਸ਼ ਪਿਤਾ ਜੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲਾਂ ਕਰ ਰਹੇ ਨੇ ਅਤੇ ਪੁੱਛਦੇ ਨੇ ਤੁਹਾਡਾ ਪਿਆਰ ਪਿਤਾ ਜੀ ਹੋਰ ਕਿੱਦਾਂ ਮਿਲੇ। ਗੁਰੂ ਜੀ ਦੇ ਦਰਸ਼ਨਾਂ ਤੋਂ ਵੱਡਾ ਹੋਰ ਕਿਹੜਾ ਪਿਆਰ ਹੋ ਸਕਦਾ ਜੀ, ਸਾਨੂੰ ਤਾਂ ਲੱਗਦਾ ਨਹੀਂ। ਪਰ ਦੇਖੋ ਉਹ ਕਿੰਨੀ ਚੜ੍ਹਦੀ ਕਲਾ ਵਾਲੇ ਸਿੰਘ ਹੋਣਗੇ ਜਿਹੜੇ ਪਾਤਸ਼ਾਹ ਦੇ ਚਰਨਾਂ 'ਚ ਬੈਠ ਕੇ ਹੋਰ ਕਹਿੰਦੇ ਮਹਾਰਾਜ ਸਾਡੀ ਝੋਲੇ 'ਚ ਹੋਰ ਪਿਆਰ ਕਿੱਦਾਂ ਹੋਵੇ ਤੁਹਾਡਾ। ਅਤੇ ਅੱਜ ਪਤਾ ਪਾਤਲੀ ਢਹਿੰਦੀ ਕਲਾ ਕੀ ਹੋਵੇ, ਮਾਫ਼ ਕਰਨਾ ਸਾਧ ਸੰਗਤ ਜੀ, ਅਸੀਂ ਗੁਰੂ ਜੀ ਨੂੰ ਪਿਆਰ ਕਰਨਾ ਭੁੱਲ ਗਏ। ਸੰਸਾਰ ਦੇ ਨਾਲ ਪਿਆਰ ਸਾਡਾ ਬਹੁਤਾ ਪੈ ਗਿਆ, ਗੁਰੂ ਨਾਲ ਪਿਆਰ ਹੈ। ਅਤੇ ਜਿਸ ਦਿਨ ਸਾਡਾ ਗੁਰੂ ਨਾਲ ਪਿਆਰ ਪੈਣਾ ਸ਼ੁਰੂ ਹੋ ਗਿਆ ਨਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਫਿਰ ਉੱਦਾਂ ਹੀ ਹੋ ਜਾਣੀ ਜਿੱਦਾਂ ਪੁਰਾਤਨ ਸਮੇਂ ਦੇ ਵਿੱਚ ਸੀ। ਪਰ ਕੰਮ ਔਖਾ ਹੈ, ਮੁਸ਼ਕਿਲ ਹੈ, ਪਰ ਨਾਮੁਮਕਿਨ ਨਹੀਂ। ਇਹ ਨਹੀਂ ਕਿ ਹੋ ਨਹੀਂ ਸਕਦਾ, ਹੋ ਸਕਦਾ, ਸਿਰ ਸੌਂਪਣਾ ਪੈਣਾ। ਜਿਹੜੀ ਅੰਦਰ ਸਾਡੀ ਮੱਤ ਹੈ ਨਾ, ਇਹ ਗੁਰੂ ਜੀ ਨੂੰ ਸੌਂਪਣੀ ਪੈਣੀ ਹੈ। ਗੁਰ ਕੀ ਮੱਤ ਤੋਂ ਲੈ ਆਨੇ, ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ, ਗੁਰ ਕੀ ਮੱਤ ਤੋਂ ਲੈ ਆਨੇ। ਕਿਉਂ ਲੈਣੀ ਹੈ ਮੱਤ ਗੁਰੂ ਦੀ? ਕਿਉਂਕਿ ਭਗਤ ਬਿਨਾਂ ਬਹੁਤ ਡੁੱਬੇ ਸਿਆਣੇ, ਵੱਡੇ ਵੱਡੇ ਸਿਆਣੇ ਜਿਹੜੇ ਕਹਿੰਦੇ ਨਾ, ਬੜਾ ਕਲੇਵਰ ਆ, ਮਾਈਂਡਡ ਆ, ਮੈਨੂੰ ਤਾਂ ਡਿਗਰੀਆਂ ਇੰਨੀਆਂ ਮਿਲੀਆਂ ਹੋਈਆਂ, ਮੈਂ ਤਾਂ ਐਡੀ ਵੱਡੀ ਯੂਨੀਵਰਸਿਟੀ ਤੋਂ PhD ਕੀਤੀ ਹੋਈ ਹੈ, ਆਹ ਕੀਤਾ ਹੋਇਆ, ਮੈਂ ਤਾਂ ਬਿਜ਼ਨਸ ਦੇ ਵਿੱਚ ਇੱਦਾਂ, ਤੁਹਾਨੂੰ ਐਸੇ ਨੁਕਤੇ ਦੱਸਦਾ ਜਿਹੜਾ ਇੱਕਦਮ ਉੱਪਰ ਜਾਏਗਾ ਤੁਹਾਡਾ ਬਿਜ਼ਨਸ। ਤੁਸੀਂ ਇੱਕ ਵਾਰੀ ਦੱਸੋ ਤਾਂ ਸਹੀ, ਤੁਹਾਡੇ ਦਾ ਕੰਮ ਇੱਦਾਂ ਮੈਂ ਸੋਲਵ ਕਰ ਦੇਣੇ, ਮੇਰੇ ਵਾਸਤੇ ਵੱਡੀ ਪ੍ਰੋਬਲਮ ਹੈ ਹੀ ਨਹੀਂ। ਅਤੇ ਸਤਿਗੁਰੂ ਜੀ ਪਤਾ ਕੀ ਕਹਿੰਦੇ, ਤੂੰ ਇਹ ਸਾਰੀਆਂ ਗੱਲਾਂ ਛੱਡ, ਫਿਜ਼ੂਲ ਦੀਆਂ ਗੱਲਾਂ ਨਹੀਂ, ਬਹੁਤਾ ਗਿਆਨੀ ਨਾ ਬਣ। ਗੁਰੂ ਜੀ ਨੂੰ ਗਿਆਨ ਵਾਰ ਨਹੀਂ ਪਸੰਦ, ਕਬਲੇ ਪਸੰਦ ਨੇ, ਇੱਥੇ ਕਬਲੇ ਪ੍ਰਵਾਨ ਹੁੰਦੇ ਅਤੇ ਕਮਲਿਆਂ ਨੂੰ ਥਾਂ ਮਿਲਦੀ ਹੈ। ਮਹਾਰਾਜ ਕਹਿੰਦੇ, ਗੁਰ ਕੀ ਮੱਤ ਹੁੰਦੇ ਇਹਨਾਂ ਨੇ ਛੱਡਦੇ ਦੁਨੀਆਂ ਦੀਆਂ ਗੱਲਾਂ, ਇਹਨਾਂ 'ਚ ਕੀ ਰੱਖਿਆ? ਤੂੰ ਗੁਰੂ ਦੀ ਮੱਤ ਲੈ। ਕਿਉਂ? ਕਿਉਂਕਿ ਭਗਤ ਬਿਨਾਂ ਕੋਈ ਡੁੱਬੇ ਸਿਆਣੇ, ਵੱਡੇ ਵੱਡੇ ਸਿਆਣੇ ਡੁੱਬਦੇ ਭਗਤ ਤੋਂ ਬਿਨਾਂ, ਨਾਮ ਤੋਂ ਬਿਨਾਂ, ਇਹ ਗੱਲਾਂ ਕਿਸੇ ਕੰਮ ਦੀਆਂ ਨਹੀਂ। ਸੋ ਦਸਮੇਸ਼ ਪਿਤਾ ਜੀ ਨੂੰ ਪੁੱਛਦੇ ਨੇ, ਮਹਾਰਾਜ ਤੁਹਾਡਾ ਪਿਆਰ ਹੋਰ ਕਿੱਦਾਂ ਮਿਲੇ, ਸਤਿਗੁਰੂ ਜੀ ਸਾਡੇ 'ਤੇ ਰਹਿਮਤ ਕਰੋ। ਅਤੇ ਪਤਾ ਗੁਰੂ ਸਾਹਿਬ ਨੇ ਕੀ ਹੁਕਮ ਕੀਤਾ ਸੀ? ਕਹਿੰਦੇ, ਸੰਗਤ ਵਿੱਚ ਬੈਠ ਕੇ ਨਾ ਬੰਦਗੀ ਕਰੋ, ਨਾਮ ਜਪੋ, ਕਿਰਤਾਂ ਸੁਣੋ। ਅਤੇ ਸਭ ਤੋਂ ਵੱਡਾ ਪਿਆਰ ਜਿਹੜੇ ਤੁਹਾਨੂੰ ਘਰ ਬਾਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਉਹਨਾਂ ਘਰਾਂ ਦੇ ਵਿੱਚ ਇਸੇ ਤਰ੍ਹਾਂ ਸੰਗਤ ਬੁਲਾਈ ਜਾਵੇ, ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਵੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਸਾਹਿਬ ਜੀ ਦੇ ਹਰ ਜਸ ਗਾਇਨ ਕੀਤੇ ਜਾਣ ਅਤੇ ਸੰਗਤ ਬੈਠੀ ਹੋਵੇ, ਸੰਗਤ ਸੁਣਦੀ ਹੋਵੇ। ਸਤਿਗੁਰੂ ਜੀ ਕਹਿੰਦੇ, ਧੰਨ ਦਸਮੇਸ਼ ਪਿਤਾ ਜੀ ਦੇ ਬਚਨ ਨੇ, ਕਹਿੰਦੇ ਉਦੋਂ ਸਾਡੀ ਤੁਹਾਨੂੰ ਸਭ ਤੋਂ ਵੱਧ ਖੁਸ਼ੀ ਮਿਲੇਗੀ ਜਦੋਂ ਸੰਗਤ ਕਰਦੇ। ਸੋ ਇਹ ਉਹ ਸਮਾਂ ਹੈ। ਸੋ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਸਾਨੂੰ ਯਾਦ ਰੱਖਣਾ ਚਾਹੀਦਾ ਹਮੇਸ਼ਾ, ਇਹ ਜਿਹੜੇ ਆਪਾਂ ਜਨਮਦਿਨ ਮਨਾਉਂਦੇ ਹਾਂ ਨਾ, ਸ਼ੁਕਰਾਨਾ ਕਰੀਏ, ਮਹਾਰਾਜ ਤੁਹਾਡਾ ਸ਼ੁਕਰ ਹੈ, ਤੁਹਾਡਾ ਸ਼ੁਕਰ ਹੈ, ਤੁਸੀਂ ਇਹ ਦੇਹੀ ਸਾਨੂੰ ਬਖਸ਼ਿਸ਼ ਕੀਤੀ। ਹੁਣ ਅਰਦਾਸ ਕਰੀਏ, ਮਾਂ ਕਿਤੇ ਇਸ ਭੁਲੇਖੇ 'ਚ ਨਾ ਰਹੇ ਕਿ ਮੇਰੀ ਬੇਟੀ ਹੁਣ 15 ਸਾਲ ਦੀ, 16 ਸਾਲ ਦੀ ਵੱਡੀ ਹੋ ਗਈ, ਨਹੀਂ, ਉਹਦਾ ਫਿਕਰ ਕਰੀਏ। ਫਿਕਰ ਕੀ ਕਰਨਾ ਹੈ? ਕਿ ਜ਼ਿੰਦਗੀ ਘੱਟ ਗਈ, ਜਨਨੀ ਜਾਣੇ ਸੁੱਤ ਬੜਾ ਹੋ ਤੇ ਇਤਨਾ ਕੋਨਾ ਜਾਣੇ, ਜੇ ਦਿਨ ਦਿਨ ਔਦ ਘਟਤ ਹੈ। ਘੱਟ ਗਈ, ਘੱਟ ਗਈ, 50 ਸਾਲ ਸੀ, 35 ਰਹਿ ਗਈ, 15 ਗਈ, 50 ਸਾਲ ਸੀ, 20 ਗਏ ਅਤੇ 30 ਬਚ ਗਏ, ਹੁਣ 30 ਬੱਚੇ ਹੋਏ ਨੇ, ਉਹਦੇ 'ਚ ਕੀ ਕਰਨਾ ਹੈ ਜਿਹੜਾ 20 ਸਾਲਾਂ 'ਚ ਨਹੀਂ ਕੀਤਾ? ਇਹ ਫਿਕਰ ਕਰੀ। ਔਰ ਇਹ ਫਿਕਰ ਆਪਾਂ ਨੂੰ ਕਦੋਂ ਪੈਦਾ ਹੋਣਾ? ਜਦੋਂ ਆਪਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਜੀ ਕੋਲੋਂ ਉਹਦੀ ਮੱਤ ਲਵਾਂਗੇ, ਫਿਰ ਪਤਾ ਲੱਗਣਾ ਕਿ ਅਸਲ ਵਿੱਚ ਜ਼ਿੰਦਗੀ ਦੇ ਮਕਸਦ ਕੀ, ਜ਼ਿੰਦਗੀ ਦੇ ਮਾਇਨੇ ਕੀ ਹੈ, ਅਸੀਂ ਕਿਉਂ ਸੰਸਾਰ 'ਚ ਆਏ ਹਾਂ। ਆਇਓ ਸੁਣਨ ਪੜ੍ਹਨ ਕੋ ਬਾਣੀ, ਅਤੇ ਹੋ ਕੀ ਰਿਹਾ? ਨਾਮ ਵਿਸਾਰ ਲੱਗੇ ਅੰਨ ਲਾਲਚ, ਹੋਰ ਪਾਸੇ ਆਪਾਂ ਤੁਰੇ ਫਿਰਦੇ ਹਾਂ, ਅਤੇ ਹੋਇਆ ਕਿ ਬਿਰਥਾ ਜਨਮ ਪ੍ਰਾਣੀ, ਜ਼ਿੰਦਗੀ ਹੀ ਬੇਕਾਰ ਹੋ ਗਈ, ਕੌਟੀ ਬਦਲੇ ਇਹ ਜ਼ਿੰਦਗੀ ਅਸੀਂ ਦੇਖੀ। ਰਤਨ ਗਵਾਇਆ
ਸੋ ਮਹਾਰਾਜ ਦੀ ਕਿਰਪਾ। ਦੇਖੋ ਸਤਸੰਗ ਜੀ, ਇਹ ਕਿਉਂ ਸੰਗਤ ਜ਼ਰੂਰੀ ਹੈ? ਅੱਜ ਸੰਗਤ ਦੇ ਵਿੱਚ ਨਾ ਇੱਥੇ ਬਹੁਤ ਲੰਗੀਆਂ ਹੋਈਆਂ ਰੂਹਾਂ ਬੈਠੀਆਂ ਨੇ, ਦਸ ਕਈਆਂ ਨੂੰ ਤਾਂ ਜਾਣਦਾ ਹੈ, ਕਈ ਐਸੀਆਂ ਬੁੱਝੀਆਂ ਛੁਪੀਆਂ ਹੋਈਆਂ ਰੂਹਾਂ ਵੀ ਬਣਦੀਆਂ ਜਿਹੜੀਆਂ ਪ੍ਰਗਟ ਨਹੀਂ, ਬਹੁਤ ਛੁਪੀਆਂ ਹੋਈਆਂ ਰੂਹਾਂ ਹੁੰਦੀਆਂ ਨੇ, ਜਿਹੜੇ ਸਵਾਸ ਸਿਮਰਨ ਕਰਦੇ, ਨਾਮ ਜਪਦੇ, ਅਤੇ ਕਈਆਂ ਨੂੰ ਗੁਰੂ ਨਾਨਕ ਪ੍ਰਗਟ ਕਰ ਦਿੰਦਾ ਹੈ। ਆਪਣੇ ਆਪ ਕੋਈ ਨਹੀਂ ਹੁੰਦਾ, ਗੁਰੂ ਨਾਨਕ ਕਰਦਾ ਪ੍ਰਗਟ। ਬਹੁਤ ਬਹੁਤ ਸਤਿਕਾਰਯੋਗ ਗੁਰਮੁਖ ਪਿਆਰੇ ਦੇਵ ਸਿੰਘ ਜੀ, ਜਿਨ੍ਹਾਂ ਦੇ ਚਰਨਾਂ 'ਤੇ ਨਮਸਕਾਰ ਹੈ, ਵਾਰ ਵਾਰ ਨਮਸਕਾਰ ਹੈ ਅਸੀਂ ਗੁਰੂ ਦੇ ਸਿੱਖ ਦੇ ਚਰਨਾਂ ਵਿੱਚ, ਕਿਉਂਕਿ ਬਹੁਤ ਵੱਡੀ ਸੇਵਾ ਭਾਈ ਸਾਹਿਬ ਜੀ ਨਿਭਾ ਰਹੇ ਨੇ। ਹੋਰ ਦਾਸ ਨੂੰ ਵੀ ਕੱਲ੍ਹ ਮੌਕਾ ਮਿਲਿਆ, ਕੱਲ੍ਹ ਸ਼ਾਮੀ ਸਿਮਰਨ ਪੈਣ ਜੀ ਅਤੇ ਸਾਰਾ ਪਰਿਵਾਰ ਅਸੀਂ ਗਏ ਸੀ, ਅਤੇ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਖੁਸ਼ੀਆਂ ਪ੍ਰਾਪਤ ਹੋਈਆਂ। ਉਹ ਜ਼ਬਾਨ ਤੋਂ ਨਹੀਂ ਦੱਸੀਆਂ ਜਾ ਸਕਦੀਆਂ ਖੁਸ਼ੀਆਂ, ਜਿਹੜਾ ਆਨੰਦ ਮਿਲਦਾ ਹੈ ਨਾ ਉਹਨੂੰ ਆਪਾਂ ਐਕਸਪਲੇਨ ਨਹੀਂ ਕਰ ਸਕਦੇ, ਦੱਸ ਨਹੀਂ ਸਕਦੇ। ਜਿਉਂ ਪੂੰਗੇ ਗੁੜ ਖਾਇਆ, ਇਹ ਤਾਂ ਕਿਸੇ ਪੂੰਗੇ ਨੂੰ ਗੁੜ ਖਵਾਓ ਅਤੇ ਪੁੱਛੋ ਕਿੱਦਾਂ ਲੱਗਿਆ, ਉਹਨੇ ਕੁਛ ਨਹੀਂ ਕਹਿਣਾ, ਬਸ ਇਹ ਨਹੀਂ ਕੀਤਾ ਜਾ ਸਕਦਾ। ਸੋ ਐਸੇ ਗੁਰੂ ਦੇ ਸਿੱਖਾਂ ਦੇ ਚਰਨਾਂ ਵਿੱਚ ਵਾਰ ਵਾਰ ਮੱਥਾ ਟੇਕ ਕੇ ਨਮਸਕਾਰ ਹੈ। ਸਤਿਕਾਰੇ ਗੁਰਮੁਖ ਪਿਆਰੇ ਗੁਰਮੁਖ ਵੀਰ ਜੀ, ਜਿਹੜੇ ਕੀਰਤਨ ਦੇ ਰਾਹੀਂ ਆਪ ਸਾਰੀਆਂ ਸੰਤਾਂ ਨੂੰ ਨਿਹਾਲ ਕਰਦੇ ਨੇ, ਉਹਨਾਂ 'ਤੇ ਬੜੀ ਬਖਸ਼ਿਸ਼ ਹੈ, ਬਹੁਤ ਕਿਰਪਾ ਸੱਚੇ ਪਾਤਸ਼ਾਹ ਜੀ। ਹੋਰ ਵੀ ਬਹੁਤ ਸਾਰੀਆਂ ਪਿਆਰੀਆਂ ਰੂਹਾਂ ਇੱਥੇ ਬੈਠੀਆਂ, ਮਹਾਰਾਜ ਰਹਿਮਤ ਕਰੇ, ਇਸੇ ਤਰ੍ਹਾਂ ਜੋੜ ਮਿਲੇ, ਸਭ ਨੂੰ ਸੱਚੇ ਪਾਤਸ਼ਾਹ ਬਣਾ ਕੇ ਰੱਖਣ ਅਤੇ ਸਾਨੂੰ ਨਿਹਾਲ ਕਰਦੇ ਰਹਿਣ। ਆਓ ਸਤਸੰਗ ਜੀ, ਇਸ ਸ਼ਬਦ ਨੂੰ ਸੰਪਨ ਕਰੀਏ, ਸੰਪੂਰਨ ਕਰੀਏ, ਸਮਾਪਤੀ ਕਰੀਏ। ਤੂੰ ਮੇਰੇ